ਬੀਬੀਆਂ ਨਾ ਦਵਾਈ ਲੈਂਦੀਆਂ ਫਿਰਦੀਆਂ, ਭਾਰ ਨਹੀਂ ਕੱਢਦਾ। ਬੜਾ ਧੰਦਾ ਚੱਲਦਾ ਪਿਆ, ਬਿਜ਼ਨਸ ਚੱਲਦਾ ਪਿਆ, ਭਾਰ ਘਟਾਉਣ ਦਾ ਪਤਾ ਨਹੀਂ ਕੀ ਖੇ ਸਵਾਹ ਪਾ ਕੇ ਦਿੰਦੇ। ਕਹਿੰਦੇ 5500 ਦੇ ਕੈਪਸੂਲ 60, ਰੋਜ਼ ਇੱਕ ਖਾਣਾ, ਮਹੀਨੇ 'ਚ 2 ਕਿਲੋ ਪਾਸੇ। ਤੇ ਮੈਂ ਬੜਾ ਹੈਰਾਨ ਹੁੰਦਾ ਵਾਂ ਵੀ ਜਦੋਂ ਬੀਬੀਆਂ ਨੇ ਘਰ ਦਾ ਕੰਮ ਹੀ ਛੱਡ ਦਿੱਤਾ, ਹੁਣ ਗੋਲੀਆਂ ਖਾਇਆ ਕਿੱਥੋਂ ਭਾਰ ਹਟਣਾ। ਗੁਰਦੁਆਰੇ ਪਲਟਾ ਕੀਤਾ ਹੋਵੇ, ਝਾੜੂ ਦਿੱਤਾ ਹੋਵੇ, ਘਰ 'ਚ ਪੋਚਾ ਲਾਇਆ ਹੋਵੇ, ਦਿਲ ਦੀ ਧੜਕਣ ਤੇਜ਼ ਹੋਵੇ, ਸਾਹ ਚੜੇ। ਮਹਾਰਾਜ ਕਹਿੰਦੇ ਸਰੀਰ ਨੂੰ ਦੁੱਖ ਦੇ, ਸਰੀਰ ਨੂੰ ਥੋੜ੍ਹਾ ਬਹੁਤਾ ਹਿਲਾ ਲਿਆ ਕਰ ਜੇ ਤੰਦਰੁਸਤ ਰਹਿਣਾ। ਗਰੀਬ ਨਵਾਜ ਕੀ ਕਹਿੰਦੇ, ਦੁੱਖ ਦਾਰੂ ਸੁੱਖ ਰੋਗ ਪਿਆ। ਤੇ ਜਿਨ੍ਹਾਂ ਕੋਲੇ 4 ਪੈਸੇ ਨਾ, ਉਹ ਜਿੰਮ ਜਾਂਦੀਆਂ, ਜਿੰਮ ਜਿੱਥੇ ਭਾਰ ਨਹੀਂ ਚੁੱਕੀਦਾ। ਇੱਕ ਮੇਰਾ ਸੱਜਣ ਸੀ, ਉਹ ਵੀ ਜਿੰਮ ਜਾਂਦਾ, ਤੇ ਮੈਂ ਆਖਿਆ ਫਿਰ ਕੀ ਹੁੰਦਾ ਉੱਥੇ? ਕਹਿੰਦਾ ਜਿਨ੍ਹਾਂ ਦੇ ਭਾਰ ਜ਼ਿਆਦੇ ਆ, ਬਹੁਤੇ ਵਧੇ, ਉਹ ਘਟਾਉਂਦੇ ਆ, ਭੱਜਦੇ ਆ, ਜ਼ੋਰ ਕਰਦੇ ਆ। ਕਹਿੰਦਾ ਬੀਬੀਆਂ ਵੀ ਆਉਂਦੀਆਂ, ਆਖੋ ਸਤਨਾਮ, ਬੀਬੀਆਂ ਵੀ ਆਉਂਦੀਆਂ। ਅੱਛਾ, ਮੈਂ ਉਹ ਕੀ ਕਰਦੀਆਂ? ਕਹਿੰਦਾ ਜੇ ਸਾਈਕਲ ਤੇ ਬੈਠੀਆਂ ਤਾਂ ਮੋਬਾਈਲ ਦਾ ਬੂਥਾ ਵੇਖੀ ਜਾਂਦੀਆਂ ਖੋਲ ਕੇ, ਜੇ ਉਹ ਮਸ਼ੀਨ ਜੀ ਲੱਗੀ ਹੁੰਦੀ ਨਾ ਤੁਰਨ ਵਾਲੀ, ਵੀ ਉੱਤੇ ਤੁਰਨਾ ਵਾ 1 ਕਿਲੋਮੀਟਰ, ਮੋਬਾਈਲ ਅੱਗੇ ਰੱਖਿਆ, ਉਹਨਾਂ ਮਸ਼ੀਨ 'ਚ ਹੀ ਖਾਨਾ ਬਣਾਇਆ ਵੀ ਅੱਗੇ ਮੋਬਾਈਲ ਰੱਖ ਲਓ, ਅਸਰ ਕੀ ਹੋਣਾ ਸਵਾ। ਵੀ ਜੇ ਮੋਬਾਈਲ ਹੀ ਵੇਖਣਾ ਸੀ ਜਿੰਮ ਜਾ ਕੇ ਤੇ ਘਰੇ ਵੇਖ ਲਾ ਫਿਰ, ਪਰ ਨਹੀਂ। ਇੱਕ ਸੌਖੀ ਜੀ ਮੈਂ ਭੈਣਾਂ ਨੂੰ ਦਵਾਈ ਦੱਸਾਂ, ਲੱਭੂ ਨਾ ਤੁਹਾਡਾ ਭਾਰ, ਕਿਤੇ ਸੋਚ ਕੇ ਵੇਖਿਓ ਮੌਤ ਨੇ ਆਉਣਾ। ਇਹ ਤੋਂ ਵੱਡੀ ਕੋਈ ਦਵਾਈ ਨਹੀਂ ਆ ਵੀ ਮੌਤ ਨੇ ਆਉਣਾ।